ਸਰਦਾਰਾਂ ਦੀਆਂ ਪੱਗਾਂ ਲੈਣ ਲੱਗ ਪਈਆਂ ਹੁਣ ਤਾਂ ਸ਼ਰਮ ਕਰਨ ਜਾਗ ਜਾਣ ਕਿਤੇ ਹੁਣ ਲੱਭਦੇ ਨਹੀਂ ਪਏ ਕਿੱਥੇ ਨੇ ਕਿਹੜੇ ਪਰਨ ਚ ਮਾਰਨ ਵਾਲੇ ਕੋਈ ਦਾਨ ਤੇ ਸਹੀ ਸਾਡੇ ਸਾਹਮਣੇ ਇਹ ਵੀ ਤਾਂ ਦੇਖੀਏ ਲਾਣਾ ਤਾਂ ਸਾਡੇ ਲੀਡਰਾਂ ਦੇ ਉੱਤੇ ਤੇ ਸਾਰਿਆਂ ਦੇ ਉੱਤੇ ਜਿਹੜੇ ਇਹਨਾਂ ਗਧੇ ਇਕੱਠੇ ਕੀਤੇ ਹੋਏ ਆ ਇੱਕ ਜਣੇ ਨੇ ਨਹੀਂ ਘੱਟੋ ਘੱਟ 20-25 ਬੰਦੇ ਮੋਣੇ ਹੋਣੇ ਆ ਸਾਰੇ ਦੇ ਸਾਰੇ ਜਣੇ ਟੁੱਟ ਪਏ ਮੇਰੀ ਪੱਗ ਲਾਤੀ ਮੇਰੀ ਦਾੜੀ ਪੜਤੀ ਮੇਰੇ ਸਿਰ ਦੇ ਵਾਲ ਪੜ ਪਏ ਸਾਰਾ ਕੁਝ ਮੈਨੂੰ ਇਹ ਹੈ ਉੱਥੇ ਬੈੱਡ ਪਿਆ ਉੱਥੇ ਆਪਣਾ ਸੋਫਾ ਹੈਗਾ ਸੋਫੇ ਦੇ ਸੈੱਟ 'ਤੇ ਜਿਉਂ ਲੱਤਾਂ ਮਾਰਨ ਲੱਗੇ ਹੋਏ ਮੈਨੂੰ ਮਾਰਨ ਲੱਗੇ ਹੋਏ ਮੈਂ ਬੋਲਿਆ ਨਹੀਂ ਉਹਨਾਂ ਨੇ ਮੈਨੂੰ ਦੱਸਿਆ ਨਹੀਂ ਹੈਗਾ ਵੀ ਕੀ ਹੋਇਆ ਕੀ ਨਹੀਂ ਹੋਇਆ ਮੈਨੂੰ ਖੁਦ ਨਹੀਂ ਸਮਝ ਲੱਗੀ ਉਹ ਬੰਦੇ 'ਤੇ ਥੱਪੜ ਮਾਰਿਆ ਜ਼ਰੂਰ ਹਾਂ ਮੈਂ ਪਰ ਬੰਦੇ ਮਾਰਿਆ ਵਾ ਇੰਨੀ ਜਨਾਨੀ ਵਿਚਾਰੀ ਉਹ ਸਾਈਡ 'ਤੇ ਹੋ ਗਈ ਉਹ ਮੇਰੇ ਸਾਰੇ ਦੁਆਲੇ ਹੋ ਗਏ ਸਾਰੇ ਉਹ ਪਹਿਲਾਂ ਹੀ ਪ੍ਰੈਗਨੈਂਟ ਜਿਹੜੀ ਜਨਾਨੀ ਜਿਹੜੀ ਸੀ ਬੈਠੀ ਹੋਈ ਸੀ ਉਹਦਾ ਵਰਕਰ ਮੇਰੇ ਕੋਲ ਕੰਮ ਕਰਦਾ ਹੈਗਾ ਉਹਦਾ ਫੋਨ ਆਇਆ ਵੀ ਮੈਨੂੰ ਮਾਰਿਆ ਇਹਨਾਂ ਇੱਥੇ ਜਿਹੜਾ ਜਿਹੜੇ ਬਾਕੀ ਦੇ ਬੰਦੇ ਸੀਗੇ ਉਹਨਾਂ ਨੇ ਇੱਕ ਬੰਦੇ ਨੇ ਮੈਨੂੰ ਮਾਰਿਆ ਵਾ ਉਹਨੇ ਜਦੋਂ ਹੱਥ ਲਾ ਕੇ ਮੈਨੂੰ ਕਿਹਾ ਵੀ ਆਹ ਵਾ ਬੰਦਾ ਅਸੀਂ ਦੂਰੋਂ ਦੀ ਸੀਗਾ ਮਤਲਬ 10 ਕਦਮ ਦੇ ਦੂਰੀ ਹੋਣੀ ਆ ਮੈਂ ਉਹਦੇ ਕੋਲ ਜਾ ਕੇ ਥੱਪੜ ਮਾਰਿਆ ਵਾ ਉਹ ਮੇਰੇ ਔਰਤ ਕੋ ਝਗੜਾ ਹੋਇਆ ਤਾਂ ਕਿਸੇ ਔਰ ਕੇ ਸਾਥ ਮੇਰੀ ਔਰਤ ਬੈਠੀ ਤੇ ਉਸਕੇ ਸੀਨੇ ਮੇ ਹਾਲ ਲਗਾਇਆ ਉਸਨੇ ਉਸਕੇ ਬਾਅਦ ਇਸਕਾ ਚੋਟੀ ਪਕੜ ਕੇ ਘਸੀਟ ਦਿਆ ਉਸਕੇ ਬਾਅਦ ਮੈਂ ਮੇਰੇ ਕੋ ਫੋਨ ਕੀਆ ਮੈਂ ਵਹਾਂ ਪੇ ਗਿਆ ਮੈਂ ਸਰਦਾਰ ਜੀ ਦੋਨੋਂ ਬਸ ਸਰਦਾਰ ਜੀ ਨੇ ਬੋਲਾ ਕਿਉਂ ਹਾਂ ਕਿਆ ਕਿਸ ਲਈ ਮਾਰਾ ਹੈ ਬਸ ਸਰਦਾਰ ਜੀ ਕੋ ਟੁੱਟ ਪੜੇ ਮਾਰਨੇ ਲੱਗੇ ਮੇਰੇ ਕੋ ਵੀ ਮਾਰੇ ਜਦੋਂ ਤੁਸੀਂ ਉੱਥੇ ਗਏ ਸੀ ਤਾਂ ਤੁਸੀਂ ਕੀ ਦੇਖਿਆ ਉੱਥੇ ਜਾ ਕੇ ਮੈਂ ਉਹਨਾਂ ਨੂੰ ਸਰਦਾਰ ਜੀ ਨੂੰ ਉੱਥੋਂ ਲੈਣ ਗਈ ਸੀ ਲੇਕਿਨ ਮੈਂ ਪਹਿਲਾਂ ਹੀ ਦੇਖਿਆ ਕਿ ਉੱਥੇ ਕਾਫੀ ਲੇਬਰ ਦੇ ਵਰਕਰ ਸੀਗੇ ਉਹਨਾਂ ਨੂੰ ਕੁੱਟ ਰਹੇ ਸੀ ਉਹਨਾਂ ਦੀ ਪੱਗ ਵੀ ਲਾਈ ਹੋਈ ਸੀ ਵਾਲ ਉਹਨਾਂ ਦੇ ਸਾਰੇ ਖਿਲ ਰਹੇ ਸੀ ਔਰ ਉਹਨਾਂ ਨੂੰ ਸੱਟਾਂ ਵੀ ਲੱਗੀਆਂ ਪਹਿਲੇ ਉਹ ਲੇਡੀ ਹੈ ਜਿਹੜੀ ਉਹ ਵੀ ਪ੍ਰੈਗਨੈਂਟ ਆ ਉਹਦੇ 'ਤੇ ਹੱਥ ਚੱਕਿਆ ਉਹਨਾਂ ਨੇ ਅਤੇ ਬਾਅਦ 'ਚੋਂ ਸਰਦਾਰ ਜੀ 'ਤੇ ਕਿਸ ਗੱਲ 'ਤੇ ਹੱਥ ਚੱਕਿਆ ਉਹਨੂੰ ਕੀ ਕਿਹਾ ਉਹਨਾਂ ਨੇ ਜਾ ਕੇ ਸਾਨੂੰ ਦੱਸੇ ਤਾਂ ਸਹੀ ਕੀ ਗੱਲ ਹੋਈ ਹੈ ਕਿ ਉਹ ਕੁੱਟਿਆ ਉਹਨੇ ਮੰਨ ਲੈਂਦੇ ਹਾਂ 18 ਤੁਹਾਡੇ ਕਮਰੇ ਆ ਉਹਨਾਂ ਵਿੱਚ 60-70 ਬੰਦੇ ਰਹਿੰਦੇ ਹੋਣਗੇ ਹਾਂਜੀ ਅਤੇ ਉਹਨਾਂ 60-70 ਦੇ ਵਿੱਚੋਂ ਕਿੰਨਿਆਂ ਦੇ ਆਈਡੀ ਪਰੂਫ ਤੁਸੀਂ ਥਾਣੇ ਦੇ ਵਿੱਚ ਜਮ੍ਹਾਂ ਕਰਾਏ ਆ ਇੱਕ ਜਿਹੜਾ ਥਾਣੇ ਦੇ ਵਿੱਚ ਜਮ੍ਹਾਂ ਕਰਾਉਣੇ ਹੁੰਦੇ ਆ ਵੈਰੀਫਿਕੇਸ਼ਨ ਜਿਹੜੀ ਕਰਾਉਣੀ ਹੁੰਦੀ ਆ ਤੁਸੀਂ ਜਮ੍ਹਾਂ ਕਿਉਂ ਨਹੀਂ ਕਰਾਏ ਮੈਂ ਕਰਾਉਣ ਆਇਆ ਜੀ ਇੱਥੇ ਪਰੂਫ ਬੜੇ ਬਹੁਤ ਜ਼ਿਆਦਾ ਲੱਗਦੇ ਆ ਤਾਂ ਹਰ ਹੁੰਦੇ ਨਹੀਂ ਪਏ ਉਹਨਾਂ ਨੂੰ ਜੇ ਅਗਲਾ ਦਿੰਦਾ ਨਹੀਂ ਤੁਹਾਨੂੰ ਆਈਡੀ ਪਰੂਫ ਨਹੀਂ ਦਿੰਦਾ ਇੱਦਾਂ ਤਾਂ ਕੱਲ੍ਹ ਨੂੰ ਕੋਈ ਤੁਹਾਨੂੰ ਵੀ ਮਾਰਕੁੱਟ ਤੁਹਾਡੀ ਵੀ ਹੋ ਸਕਦੀ ਹੈ ਜਿਹੜਾ ਇੱਕ ਵਾਰੀ ਵੜ ਜਾਂਦਾ ਉਸੇ ਤੀ ਨਿਕਲਦਾ ਨਹੀਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਅੰਦਾਜ਼ ਸਿਟੀ ਹੈਡਲਾਈਨਸ ਮੈਂ ਤੁਹਾਡਾ ਦੋਸਤ ਗਗਨ ਸਮਾਲ ਦੋਸਤੋ ਇਸ ਵਕਤ ਦੁਗਰੀ ਦੇ ਵਿੱਚ ਮੌਜੂਦ ਹਾਂ ਜਿੱਥੇ ਪੈਂਦੇ ਕਿ ਇੱਕ ਇਲਾਕੇ ਵਿੱਚ ਜਿਹੜੀ ਘਟਨਾ ਹੋਣੀ ਹੋਣੀ ਜਿਹੜੀ ਇੱਕ ਘਟਨਾ ਹੋਈ ਹੈ ਜਿਸ ਵਿੱਚ ਪ੍ਰਵਾਸੀ ਮਜ਼ਦੂਰਾਂ ਵੱਲੋਂ ਇੱਕ ਸਿੱਖ ਨੌਜਵਾਨ ਦੀ ਜਿਹੜੀ ਕੁੱਟਮਾਰ ਕੀਤੀ ਗਈ ਆ ਉਸਦੇ ਜਿਹੜੇ ਵਾਲ ਆ ਉਹ ਪੱਟੇ ਗਏ ਆ ਦਾੜੀ ਪੁੱਟੀ ਗਈ ਆ ਅਤੇ ਨਾਲ ਹੀ ਉਸਦੀ ਜਿਹੜੀ ਪੱਗ ਹੈ ਉਹ ਪੱਗ ਉਤਾਰੀ ਗਈ ਹੈ ਅਤੇ ਨਾਲ ਹੀ ਜਿਹੜੀਆਂ ਉਹਨਾਂ ਵੱਲੋਂ ਪ੍ਰਵਾਸੀ ਮਜ਼ਦੂਰਾਂ ਵੱਲੋਂ ਜਿਹੜੀਆਂ ਲਗਾਤਾਰ ਉਹਨੂੰ ਧਮਕੀਆਂ ਦਿੱਤੀਆਂ ਗਈਆਂ ਕਿ ਜੇਕਰ ਤੁਹਾਡੇ ਵਿੱਚ ਦਮ ਹੈ ਤਾਂ ਤੁਸੀਂ ਆਪਣੀ ਪੱਗ ਇੱਥੋਂ ਜਿਹੜੀ ਆ ਲਿਜਾ ਕੇ ਦਿਖਾਓ ਅਤੇ ਮਾਮਲਾ ਜਿਹੜਾ ਇੰਨਾ ਭੱਖ ਜਾਂਦਾ ਕਿ 20-25 ਨੌਜਵਾਨ ਜਿਹੜੇ ਪ੍ਰਵਾਸੀ ਮਜ਼ਦੂਰ ਹੁੰਦੇ ਆ ਉਹ ਇਕੱਠੇ ਹੁੰਦੇ ਆ ਅਤੇ ਲਗਾਤਾਰ ਜਿਹੜੀ ਆ ਸਿੱਖ ਨੌਜਵਾਨ ਦੀ ਜਿਹੜੀ ਉਹ ਕੁੱਟਮਾਰ ਕਰਦੇ ਹੈ ਮਾਮਲਾ ਪੂਰਾ ਕੀ ਹੈ ਲੋਕ ਇੱਥੇ ਮੌਜੂਦ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਅਤੇ ਜਾਣਨ ਦੀ ਜਿਹੜੀ ਹੈ ਉਹ ਕੋਸ਼ਿਸ਼ ਕਰਾਂਗੇ ਮੇਰਾ ਵਰਕਰ ਮੈਂ ਆਪਣੇ ਢਾਬੇ ਵਾਲਾ ਹਾਂ ਮੇਰਾ ਵਰਕਰ ਇਹਨਾਂ ਦੇ ਘਰ ਰਹਿੰਦਾ ਸੀਗਾ ਇਹਦੀ ਉਹਦੇ ਘਰ ਵਾਈਫ ਨੂੰ ਫੋਨ ਆਇਆ ਉਹਨੂੰ ਵੀ ਮੇਰੀ ਮੈਨੂੰ ਧੱਕਾ ਮਾਰ ਕੇ ਸੱਟਤਾ ਅਸੀਂ ਜਦੋਂ ਹੀ ਅਸੀਂ ਆਏ ਹਾਂ ਤਾਂ ਇਕੱਠ ਲੱਗਿਆ ਹੋਇਆ ਸੀ ਚੰਗੀ ਤਰ੍ਹਾਂ ਜਿਹੜਾ ਬੰਦੇ ਨੂੰ ਇਹਨੇ ਹੱਥ ਕੀਤਾ ਵੀ ਇਹ ਹੈਗਾ ਬੰਦਾ ਅਸੀਂ ਜੋ ਹੀ ਉਹਦੇ ਵੱਲ ਗਏ ਹਾਂ ਥੱਪੜ ਮਾਰਿਆ ਮੈਂ ਥੱਪੜ ਮਾਰਿਆ ਵੀ ਤੂੰ ਇਹਨੂੰ ਕਿਉਂ ਮਾਰਿਆ ਤੂੰ ਤੂੰ ਕਿਉਂ ਮਾਰਿਆ ਉਹ ਇੰਨੀ ਗੱਲ ਤਾਂ ਸੁਣੀ ਨਹੀਂ ਉਹਨਾਂ ਨੇ ਵੀ ਸਾਰੇ ਇੱਕ ਜਣੇ ਨੇ ਨਹੀਂ ਘੱਟੋ ਘੱਟ 20-25 ਬੰਦੇ ਮੋਣੇ ਹੋਣੇ ਆ ਸਾਰੇ ਦੇ ਸਾਰੇ ਜਣੇ ਟੁੱਟ ਪਏ ਮੇਰੀ ਪੱਗ ਲਾਤੀ ਮੇਰੀ ਦਾੜੀ ਪੜਤੀ ਮੇਰੇ ਸਿਰ ਦੇ ਵਾਲ ਪੜ ਪਏ ਸਾਰਾ ਕੁਝ ਮੈਨੂੰ ਇਹ ਉੱਥੇ ਬੈੱਡ ਪਿਆ ਉੱਥੇ ਆਪਣਾ ਸੋਫਾ ਹੈਗਾ ਸੋਫੇ ਦੇ ਸੈੱਟ 'ਤੇ ਜਿਉਂ ਲੱਤਾਂ ਮਾਰਨ ਲੱਗੇ ਹੋਏ ਮੈਨੂੰ ਮਾਰਨ ਲੱਗੇ ਹੋਏ ਮੈਂ ਬੋਲਿਆ ਨਹੀਂ ਉਹਨਾਂ ਨੇ ਮੈਨੂੰ ਦੱਸਿਆ ਨਹੀਂ ਹੈਗਾ ਵੀ ਕੀ ਹੋਇਆ ਕੀ ਨਹੀਂ ਹੋਇਆ ਮੈਨੂੰ ਖੁਦ ਨਹੀਂ ਸਮਝ ਲੱਗੀ ਕੋਈ ਦਿਖੇ ਨਹੀਂ ਮੈਨੂੰ ਬੰਦਾ ਕਿਹੜਾ ਸੀ ਜਦੋਂ ਤੱਕ ਪਿੱਠ ਸੀ ਉਹਦੇ ਬੰਦੇ ਦੀ ਜਦੋਂ ਉਹਨੇ ਕਿਹਾ ਉਹਦੀ ਜਨਾਨੀ ਨੇ ਖੁਦ ਕਿਹਾ ਕਹਿੰਦੀ ਉਹ ਬੰਦਾ ਸੀਗਾ ਜੀ ਉਹ ਬੰਦੇ 'ਤੇ ਥੱਪੜ ਮਾਰਿਆ ਜ਼ਰੂਰ ਹਾਂ ਮੈਂ ਪਰ ਬੰਦੇ ਮਾਰਿਆ ਵਾ ਇੰਨੀ ਜਨਾਨੀ ਵਿਚਾਰੀ ਉਹ ਸਾਈਡ 'ਤੇ ਹੋ ਗਈ ਉਹ ਮੇਰੇ ਸਾਰੇ ਦੁਆਲੇ ਹੋ ਗਏ ਸਾਰੇ ਉਹ ਆਪਣੀ ਜਨਾਨੀ ਨੂੰ ਕੁੱਟ ਰਿਹਾ ਸੀ ਉਹ ਪ੍ਰੈਗਨੈਂਟ ਸੀ ਅਤੇ ਤੁਸੀਂ ਜਾ ਕੇ ਮੰਨ ਲਓ ਛੜਾਇਆ ਉਹਨਾਂ ਨੂੰ ਨਹੀਂ 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 ਸਰ ਨਹੀਂ ਇੱਦਾਂ ਨਹੀਂ ਸੀ ਉਹ ਪਹਿਲਾਂ ਹੀ ਪ੍ਰੈਗਨੈਂਟ ਜਿਹੜੀ ਜਨਾਨੀ ਜਿਹੜੀ ਸੀ ਬੈਠੀ ਹੋਈ ਸੀ ਉਹਦਾ ਵਰਕਰ ਮੇਰੇ ਕੋਲ ਕੰਮ ਕਰਦਾ ਹੈਗਾ ਉਹਦਾ ਫੋਨ ਆਇਆ ਵੀ ਮੈਨੂੰ ਮਾਰਿਆ ਇਹਨਾਂ ਨੇ ਇੱਥੇ ਜਿਹੜਾ ਜਿਹੜੇ ਬਾਕੀ ਦੇ ਬੰਦੇ ਸੀਗੇ ਉਹਨਾਂ ਨੇ ਇੱਕ ਬੰਦੇ ਨੇ ਮੈਨੂੰ ਮਾਰਿਆ ਵਾ ਉਹਨੇ ਜਦੋਂ ਹੱਥ ਲਾ ਕੇ ਮੈਨੂੰ ਕਿਹਾ ਵੀ ਆਹ ਵਾ ਬੰਦਾ ਅਸੀਂ ਦੂਰੋਂ ਦੀ ਸੀਗਾ ਮਤਲਬ 10 ਕਦਮ ਦੇ ਦੂਰੀ ਹੋਣੀ ਆ ਮੈਂ ਉਹਦੇ ਕੋਲ ਜਾ ਕੇ ਥੱਪੜ ਮਾਰਿਆ ਵਾ ਵੀ ਤੂੰ ਥੱਪੜ ਕਿਉਂ ਮਾਰਿਆ ਇੰਨੀ ਗੱਲ ਹੀ ਨਹੀਂ ਸੁਣੀ ਉਹਨੇ ਮੇਰੀ ਨਾਲ ਹੀ ਉਹ ਸਾਰੇ ਦੇ ਸਾਰੇ ਜਣੇ ਘੱਟੋ ਘੱਟ 20-25 ਬੰਦੇ ਜਿਹੜੇ ਸੀਗੇ ਉਹ ਸਾਰੇ ਦੇ ਸਾਰੇ ਜਣੇ ਮੇਰੇ ਪੈ ਗਏ ਕੋਈ ਵੀ ਨਹੀਂ ਸੀਗਾ ਕੋਈ ਵੀ ਹੈ ਨਹੀਂਗਾ ਔਰ ਮੈਨੂੰ ਇਸ ਤੋਂ ਹਨੇਰਾ ਸੀ ਅੰਦਰ ਕਿਸੇ ਦੀ ਸ਼ਕਲ ਨਹੀਂ ਦੇਖੀ ਸਿਰਫ ਇੱਕ ਬੰਦੇ ਦੀ ਟੋਪੀ ਪਾਈ ਹੋਈ ਸੀਗੀ ਬਸ ਉਹੀ ਬੰਦਾ ਦਿਖਿਆ ਮੈਨੂੰ ਉਹ ਵੀ ਪੂਰਾ ਉਹਦਾ ਨਾਮ ਰਜੇਸ਼ ਹਾਂ ਸਰ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਪਰਮਜੀਤ ਸਿੰਘ ਆ ਮੈਂ ਆਪਣੇ ਢਾਬੇ ਵਾਲਾ ਵਾਂ
ਜਿਹੜਾ ਤੁਹਾਡਾ ਮੇਨ ਜਿਹੜਾ ਲੜਾਈ ਝਗੜਾ ਹੋਇਆ ਸੀ ਉਹ ਰਜੇਸ਼ ਨਾਂ ਦੇ ਬੰਦੇ ਨਾਲ ਹੋਇਆ ਸੀ? ਹਾਂਜੀ, ਰਜੇਸ਼ ਬੰਦੇ ਦਾ ਜਿਹੜਾ ਮੇਰਾ ਵਰਕਰ ਹੈਗਾ, ਆਹ ਮੇਰਾ ਵਰਕਰ ਹੈਗਾ ਵਾ, ਇਹਦੀ ਵਾਈਫ ਨੂੰ ਉਹਨੇ ਮਾਰਿਆ ਧੱਕਾ ਜਿਹੜਾ ਇਹਨਾਂ ਦੇ ਅੰਦਰ ਬੰਦਾ ਰਹਿੰਦਾ ਵਾ। ਤੇ ਜਿਹੜੇ ਬਾਕੀ ਤੁਸੀਂ ਕਹਿੰਦੇ 20-25 ਬੰਦੇ ਸੀ ਉਹਨਾਂ ਦੇ ਤੁਹਾਨੂੰ ਕੋਈ ਜਾਣਦੇ ਆ ਤੁਸੀਂ ਉਹਨਾਂ ਨੂੰ ਕੌਣ ਸੀ? ਮੈਂ ਨਹੀਂ ਕੋਈ ਜਾਣਦਾ ਹੈਗਾ, ਜਦੋਂ ਅਸੀਂ ਐਂਟਰੀ ਕਰ ਰਹੇ ਸੀਗੇ ਜੋ ਉੱਪਰ, ਲੇਕਿਨ ਇਹ ਬੰਦੇ ਬਾਹਰ ਖੜੇ ਸੀਗੇ, ਕੁਝ ਦੋ ਬੰਦੇ ਬਾਹਰ ਖੜ ਜੀਏ, ਮੈਂ ਵੀ ਇੱਕ ਪੰਚ ਮਾਰ ਰਿਹਾ ਵਾਂ ਜਾ ਕੇ। ਮੈਂ ਉਹਨਾਂ ਦੀ ਗੱਲ ਸੁਣੀ ਜਦੋਂ ਮੈਂ ਅੱਗੇ ਜਾ ਕੇ ਅੰਦਰ ਜਾ ਕੇ ਜਦੋਂ ਦੇਖਣ ਲੱਗਿਆ ਵਾਂ ਵੀ ਕੀ ਗੱਲਬਾਤ ਹੋਈ ਆ, ਉਹ ਇੰਨੀ ਦੇਰ ਨੂੰ ਤਾਂ ਸੁਣੀ ਨਹੀਂ ਕਿਸੇ ਨੇ ਗੱਲ ਵੀ ਇਹਦੀ ਜਨਾਨੀ ਆ ਜੋ ਨਾਲ ਚੱਕ ਸਾਡੇ ਦੁਆਲੇ ਵੀ ਹੋ ਗਏ। ਤੇ ਪੁਲਿਸ ਵਾਲੇ ਤਾਂ ਜਿਹੜੇ ਇਹ ਗੱਲ ਕਹਿ ਰਹੇ ਆ ਵੀ ਇੱਕ ਬੰਦਾ ਸੀ, ਤੁਸੀਂ ਕਹਿ ਰਹੇ ਹੋ 20-25 ਬੰਦੇ ਸੀ? 20-25 ਬੰਦੇ ਨੇ ਕੁੱਟਿਆ ਮੈਨੂੰ ਜੀ, 20-25 ਬੰਦਿਆਂ ਨੇ ਮੇਰੀ ਪੱਗ ਲਾਤੀ, ਮੇਰੀ ਦਾੜੀ ਪੜਤੀ, ਮੇਰੇ ਸਿਰ ਦੇ ਕੇਸ ਦੇ ਵਾਲ ਪੜਤੇ। ਵੀ ਇੱਕ ਵੀ ਬੰਦਾ, ਇਕੱਲਾ ਬੰਦਾ ਹੁੰਦਾ ਨਾ, ਇਕੱਲੇ ਬੰਦੇ ਨੂੰ ਸਾਂਭ ਸਕਦਾ ਬੰਦਾ, ਵੀ 20 ਬੰਦਿਆਂ ਨੂੰ ਕੌਣ ਸਾਂਭਿਆ ਜਾਊਗਾ? ਉਹ ਮੇਰੇ ਔਰਤ ਕੋ ਝਗੜਾ ਹੋਇਆ ਤਾਂ ਕਿਸੇ ਔਰ ਕੇ ਸਾਥ, ਮੇਰੀ ਔਰਤ ਬੈਠੀ ਤੇ ਉਸਕੇ ਸੀਨੇ ਮੇਂ ਹਾਲ ਲਗਾਇਆ ਉਸਨੇ, ਉਸਕੇ ਬਾਅਦ ਇਸਕਾ ਚੋਟੀ ਪਕੜ ਕੇ ਘਸੀਟ ਦਿਆ ਔਰ ਲਾਤ ਮਾਰਾ ਉਹ ਗੇਟ ਮੇਂ ਔਰ ਕਮਰੇ ਮੇਂ ਪੂਰਾ ਖਿਲਾਰਾ ਡਾਲ ਦਿਆ ਜੀ। ਉਸਕੇ ਬਾਅਦ ਮੈਂ ਮੇਰੇ ਕੋ ਫੋਨ ਕੀਆ, ਮੈਂ ਵਹਾਂ ਪੇ ਗਿਆ, ਮੈਂ ਸਰਦਾਰ ਜੀ ਦੋਨੋਂ, ਬਸ ਸਰਦਾਰ ਜੀ ਨੇ ਬੋਲਾ ਕਿਉਂ ਹਾਂ ਕਿਆ ਕਿਸ ਲਈ ਮਾਰਾ, ਬਸ ਸਰਦਾਰ ਜੀ ਕੋ ਟੁੱਟ ਪੜੇ ਮਾਰਨੇ ਲੱਗੇ, ਮੇਰੇ ਕੋ ਵੀ ਮਾਰੇ, ਦੇਖੋ ਇਹ ਥੱਪੜ ਕਾ ਨਿਸ਼ਾਨ ਪੂਰਾ ਪੜਾ ਹੁਆ ਹੈ ਗੋਟੋ ਪੇ। ਉਹ ਜਿਨ੍ਹਾਂ ਨੇ ਮਾਰਪੀਟ ਕੀ ਹੈ ਉਹ ਆਪਣੇ ਸਾਥੀ ਥੇ? ਮੇਰੇ ਹਾਂ ਰੂਮ ਮੇ ਰਹਿਣੇ ਵਾਲੇ ਹੈ ਸਭ, ਜੋ ਸਭੀ ਲੋਕ ਥੇ ਉਹ ਆਪਣੇ ਰੂਮ ਮੇ ਰਹਤੇ, ਰੂਮ ਮੇ ਰਹਿਣੇ ਵਾਲੇ ਸਾਥ ਮੇ? ਸਾਥ ਮੇ ਉੱਪਰ ਬੇੜਾ ਹੈ ਉਨਕਾ, ਉੱਪਰ ਰਹਤੇ ਹੈ ਜੀ। कितने लोग थे टोटल? वो टोटल मान के चलो 15-20 लोग थे, जनानी भी थी, लड़के भी थे, जवान भी थे। वो चार भाई हैं, जो उसका नाम है सागर, वो चार भाई हैं, चारों भाई ने मिल के मारा है मेरे को, और सरदार जी को मारा, उसकी माँ ने सरदार जी की पग लाई। तो सरदार जी को 15-20 बंदों ने पीटा मिलकर? हाँ जी। और उसके बाद फिर वो लोग वहाँ से भाग गए? हाँ जी, भाग गए। जब सरदार जी वहाँ से सोचे कि मेरे को बहुत मारेंगे, मैं बच नहीं पाऊँगा, तब वो सरदार जी किसी तरह भाग के गए, फिर आगे पुलिस का वो किया। जदों तुसी उत्थे गए सी तां तुसी की देखिया उत्थे जाके? ਮੈਂ ਉਹਨਾਂ ਨੂੰ ਸਰਦਾਰ ਜੀ ਨੂੰ ਉੱਥੋਂ ਲੈਣ ਗਈ ਸੀ, ਲੇਕਿਨ ਮੈਂ ਪਹਿਲਾਂ ਹੀ ਦੇਖਿਆ ਕਿ ਉੱਥੇ ਕਾਫੀ ਲੇਬਰ ਦੇ ਵਰਕਰ ਸੀਗੇ, ਉਹਨਾਂ ਨੂੰ ਕੁੱਟ ਰਹੇ ਸੀ, ਉਹਨਾਂ ਦੀ ਪੱਗ ਵੀ ਲਾਈ ਹੋਈ ਸੀ, ਵਾਲ ਉਹਨਾਂ ਦੇ ਸਾਰੇ ਖਿਲ ਰਹੇ ਸੀ ਔਰ ਉਹਨਾਂ ਨੂੰ ਸੱਟਾਂ ਵੀ ਲੱਗੀਆਂ ਨੇ ਉੱਥੇ। ਗੱਲ ਕੀ ਹੋਈ ਸੀ ਜਿਹੜੀ ਪੂਰੀ ਗੱਲ ਆ ਉਹ ਗੱਲ ਕੀ ਹੋਈ ਸੀ? ਦੁਕਾਨ ਤੇ ਵਰਕਰ ਹੈ, ਉਹ ਤੰਦੂਰ ਦਾ ਕੰਮ ਕਰਦਾ, ਢਾਬਾ ਸਾਡਾ, ਉਹਦੇ ਵਰਕਰ ਦੀ ਵਾਈਫ ਨੂੰ ਪਹਿਲੇ ਉਹਨਾਂ ਨੇ ਕੁੱਟਿਆ, ਤੇ ਸਾਨੂੰ ਉਹਨੇ ਵਾਈਫ ਨੇ ਫੋਨ ਕੀਤਾ ਕਿ ਮੇਰੇ ਨਾਲ ਲੜ ਰਹੇ ਨੇ, ਸਰਦਾਰ ਜੀ ਔਰ ਉਹ ਵਰਕਰ ਉਹਦੇ ਕੋਲ ਗਏ ਨੇ, ਤੇ ਇਧਰੋਂ ਮੈਂ ਵੀ ਚਲੀ ਗਈ। ਮੇਰੇ ਜਾਣ ਤੋਂ ਪਹਿਲੇ ਸਰਦਾਰ ਜੀ ਪਹੁੰਚ ਚੁੱਕੇ ਸੀ, ਤੇ ਉਹ ਜਿੰਨੇ ਲੜਕੇ ਉਹਨੂੰ ਕੁੱਟ ਰਹੇ ਸੀ ਉਹ ਸਾਰਿਆਂ ਨੇ ਅੱਗੋਂ ਸਰਦਾਰ ਜੀ ਤੇ ਹਮਲਾ ਕਰਤਾ, ਉਹਨਾਂ ਨੂੰ ਕੁੱਟਣ ਲੱਗ ਗਏ ਸੀ। ਫਿਰ ਨਹੀਂ, ਮੈਨੂੰ ਏਦਾਂ ਪਹਿਚਾਣ ਨਹੀਂ ਹੈ ਕਿਸੇ ਦੀ। ਤੁਸੀਂ ਜਿੱਦਾਂ ਕੋਈ ਆਪਾਂ ਕਹਿੰਦੇ ਜਦੋਂ ਕਹਿ ਰਹੇ ਵੀ ਸਾਰੇ ਇੱਥੋਂ ਭੱਜ ਗਏ ਸੀਗੇ, ਤੁਸੀਂ ਕਿਸੇ ਨੂੰ ਪਹਿਲਾਂ ਤੋਂ ਜਾਣਦੇ ਸੀ ਜਾਂ ਤੁਹਾਡੇ ਕੋਈ ਸਾਹਮਣੇ ਭੱਜਿਆ? ਨਹੀਂ, ਮੇਰੇ ਸਾਹਮਣੇ ਨਹੀਂ ਭੱਜਿਆ, ਲੇਕਿਨ ਉਸੇ ਵਿਹੜੇ ਦੇ ਪਹਿਲੇ ਕਾਫੀ ਬੰਦੇ ਇੱਥੇ ਵੀ ਖੜੇ ਸੀ, ਲੇਕਿਨ ਜਦੋਂ ਉਹਨਾਂ ਨੇ ਦੇਖਿਆ ਕਿ ਇਹਨਾਂ ਨਾਲ ਵੀ ਹੁਣ ਸਾਰੇ ਜਾਣੇ ਆ ਰਹੇ, ਉਹ ਸਾਰੇ ਹੀ ਉੱਥੋਂ ਚਲੇ ਗਏ, ਹੁਣ ਉੱਥੇ ਕੋਈ ਵੀ ਨਹੀਂ। ਪਹਿਲੇ ਉਹ ਲੇਡੀ ਹੈ ਜਿਹੜੀ, ਉਹ ਵੀ ਪ੍ਰੈਗਨੈਂਟ ਆ, ਉਹਦੇ 'ਤੇ ਹੱਥ ਚੱਕਿਆ ਉਹਨਾਂ ਨੇ, ਅਤੇ ਬਾਅਦ 'ਚੋਂ ਸਰਦਾਰ ਜੀ 'ਤੇ ਕਿਸ ਗੱਲ 'ਤੇ ਹੱਥ ਚੱਕਿਆ, ਉਹਨੂੰ ਕੀ ਕਿਹਾ ਉਹਨਾਂ ਨੇ ਜਾ ਕੇ, ਸਾਨੂੰ ਦੱਸੇ ਤਾਂ ਸਹੀ ਕੀ ਗੱਲ ਹੋਈ ਹੈ ਕਿ ਉਹ ਕੁੱਟਿਆ ਉਹਨੇ। ਇਹ ਸਾਡੇ ਨਾਲ ਜਿਹੜੇ ਉਹ ਪ੍ਰਵਾਸੀ ਮਜ਼ਦੂਰ ਉਹ ਮੌਜੂਦ ਨੇ, ਇਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ, ਕਿਉਂਕਿ ਇਹਨਾਂ ਵੱਲੋਂ ਹੀ ਜਿਹੜਾ ਉਹ ਸਿੱਖ ਨੌਜਵਾਨ ਨੂੰ ਜਿਹੜਾ ਫੋਨ ਕੀਤਾ ਗਿਆ ਸੀ। ਕੀ ਨਾਮ ਆ ਤੁਹਾਡਾ? ਮੇਰਾ ਨਾਮ ਹੈ ਚੰਦਰਾ ਜੀ। ਤੋ ਕਿਆ ਬਾਤ ਹੋਈ ਸੀ, ਆਪਣੇ ਉਹਨਾਂ ਕੋ ਫੋਨ ਕਰਕੇ ਬਤਾਇਆ, ਪੂਰੀ ਬਾਤ ਕਿਆ ਹੋਈ ਸੀ? ਹਮ ਹੋਟਲ ਪੇ ਕਾਮ ਕਰਤੇ ਹੈ ਜੀ, ਔਰ ਮੇਰੇ ਕੋ 9 ਵਜੇ ਛੁੱਟੀ, 9 ਵਜੇ ਜਾਤਾ ਹੂੰ ਦਿਨ ਮੇਂ, ਫਿਰ 4 ਵਜੇ ਛੁੱਟੀ ਹੋਤੀ ਹੈ, ਫਿਰ ਮੈਂ 6 ਵਜੇ ਆਤਾ ਹੂੰ ਉਸਕੇ ਬਾਅਦ। ਸੋ ਇਹ ਉਹ ਮਕਾਨ ਮਾਲਕ ਨੇ ਜਿੱਥੇ ਅੱਜ ਇਹ ਲੜਾਈ ਝਗੜਾ ਹੋਇਆ, ਕੀ ਗੱਲ ਹੋਈ ਹੈ ਜੀ? ਮੈਂ ਤਾਂ ਉੱਥੇ ਹੈ ਨਹੀਂ ਗਾ ਜੀ, ਸੀ ਮੈਂ ਬਾਅਦ 'ਚ ਆਇਆ ਜੋ ਇਕੱਠ ਹੋਇਆ ਸੀਗਾ, ਅਤੇ ਉਹ ਕਿਤੇ ਬੰਦੇ ਨੇ ਕਦੇ ਦਰਵਾਜ਼ੇ 'ਚ ਠੋਕਰਾਂ ਮਾਰੀਆਂ ਹੋਈਆਂ, ਅਤੇ ਉਹ ਪੀਤੀ ਹੋਈ ਸੀ, ਅਤੇ ਉੱਥੇ ਉਹ ਲੜਾਈ ਹੋਈ ਉਹਨਾਂ ਦੀ। ਕਿੰਨੇ ਕਮਰੇ ਆ ਤੁਹਾਡੇ ਉੱਥੇ? 18 ਕਮਰੇ ਆ। 18 ਕਮਰੇ ਆ, ਅਤੇ ਕਿੰਨੇ ਬੰਦੇ ਰਹਿੰਦੇ ਆ ਫਿਰ 18 ਕਮਰਿਆਂ ਦੇ ਵਿੱਚ? ਕਿਸੇ 3 ਰਹਿੰਦੇ ਆ, ਕਿਸੇ 2 ਰਹਿੰਦੇ ਆ, ਕਿਸੇ 1 ਰਹਿੰਦਾ। ਅਤੇ ਉਹਨਾਂ ਵੱਲ ਤਾਂ ਇਹ ਗੱਲ ਕਹੀ ਜਾ ਰਹੀ ਹੈ ਕਿ ਇੱਥੇ 5 ਰਹਿੰਦੇ ਆ, ਕਿਤੇ 4, ਕਿਤੇ 6 ਰਹਿੰਦੇ ਆ। ਇੱਦਾਂ ਹੁਣ ਗਿਣਤੀ ਦੇ ਬੰਦੇ ਕਿਸੇ ਵੱਧ ਵੀ ਹੁੰਦੇ ਆ, ਕਿਸੇ ਘੱਟ ਵੀ ਹੁੰਦੇ ਆ, ਇਹ 1-1 ਤਾਂ ਹੁੰਦੇ ਹੀ ਨਹੀਂ ਗੇ। ਚਲੋ ਮੰਨ ਲੈਂਦੇ ਹਾਂ 18 ਤੁਹਾਡੇ ਕਮਰੇ ਆ, ਉਹਨਾਂ ਵਿੱਚ 60-70 ਬੰਦੇ ਰਹਿੰਦੇ ਹੋਣਗੇ। ਹਾਂਜੀ ਹਾਂਜੀ। ਅਤੇ ਉਹਨਾਂ 60-70 ਦੇ ਵਿੱਚੋਂ ਕਿੰਨਿਆਂ ਦੇ ਆਈ ਡੀ ਪਰੂਫ ਤੁਸੀਂ ਥਾਣੇ ਦੇ ਵਿੱਚ ਜਮ੍ਹਾਂ ਕਰਾਏ ਆ? ਪਰ ਆਈ ਬੁਰੂ ਆਪਣੇ ਕੋਲ ਰੱਖੇ ਹੋਏ ਆ। ਨਹੀਂ ਬਟ ਇੱਕ ਜਿਹੜਾ ਥਾਣੇ ਦੇ ਵਿੱਚ ਜਮ੍ਹਾਂ ਕਰਾਉਣੇ ਹੁੰਦੇ ਆ, ਵੈਰੀਫਿਕੇਸ਼ਨ ਜਿਹੜੀ ਕਰਾਉਣੀ ਹੁੰਦੀ ਆ, ਤੁਸੀਂ ਜਮ੍ਹਾਂ ਕਿਉਂ ਨਹੀਂ ਕਰਾਏ? ਮੈਂ ਕਰਾਉਣ ਆਇਆ ਜੀ, ਇੱਥੇ ਪਰੂਫ ਬੜੇ ਬਹੁਤ ਜ਼ਿਆਦਾ ਲੱਗਦੇ ਆ, ਤਾਂ ਕਰਕੇ ਹੁੰਦੇ ਨਹੀਂ ਪਏ। ਨਹੀਂ, ਜੇ ਕੋਈ ਪਰੂਫ ਜ਼ਿਆਦਾ ਲੱਗਦੇ ਉਹ ਤਾਂ ਫਿਰ ਵਧੀਆ ਗੱਲ ਹੈ ਕਿ ਪਰੂਫ ਜ਼ਿਆਦਾ ਲੱਗਦੇ, ਅਗਲਾ ਕਿੱਥੋਂ ਦਾ ਰਹਿਣ ਵਾਲਾ, ਇਹ ਗੱਲ ਪੂਰੀ ਸਾਫ਼ ਹੋ ਜਾਂਦੀ ਹੈ। ਅਤੇ ਇਹਦਾ ਫਿਰ ਕਾਰਨ ਪਰੂਫ ਜ਼ਿਆਦਾ ਲੱਗਦਾ, ਤਾਂ ਫਿਰ ਉਹਦੀ ਕੋਈ ਕਾਰਵਾਈ ਜਿਹੜੀ ਰਜਿਸਟ੍ਰੇਸ਼ਨ ਉਹ ਕਰਵਾਉਣੀ ਨਹੀਂ ਹੈ?
ਹੁਣ ਪੂਰੇ ਅਗਲਾ ਪ੍ਰੂਫ ਦੇਵੇ ਤਾਂ ਹੀ ਹੋਊ, ਉੱਦਾਂ ਹੁੰਦੀ ਨਹੀਂ। ਨਹੀਂ ਪੂਰੇ ਫਿਰ ਤੁਸੀਂ ਮਕਾਨ ਜਿਹੜਾ ਕਿਰਾਏ 'ਤੇ ਦੇ ਰਹੇ ਹੋ ਤੁਸੀਂ ਪੂਰੇ ਲਓ ਨਾ ਅਗਲੇ ਤੋਂ? ਅਗਲਾ ਲਿਆ ਕੇ ਦੇ ਨਹੀਂ ਰਿਹਾ। ਅਤੇ ਫਿਰ ਉਹਨੂੰ ਕਿਰਾਏ 'ਤੇ ਕਿਉਂ ਰੱਖਦੇ ਹੋ? ਜਿਹੜਾ ਅਗਲਾ ਕਹਿੰਦਾ ਪਹਿਲਾਂ ਮੈਂ ਲਿਆ ਕੇ ਦੇ ਦੂੰਗਾ, ਬਾਅਦ 'ਚ ਉੱਥੇ ਦਿੰਦਾ ਨਹੀਂ ਗਾ। ਜਦੋਂ ਕੋਈ ਮਾਮਲਾ ਸਾਹਮਣੇ ਆਉਂਦਾ ਫਿਰ ਕੱਢਿਆ ਕਿਉਂ ਨਹੀਂ ਜਾਂਦਾ ਉਹਨਾਂ ਨੂੰ, ਜੇ ਅਗਲਾ ਦਿੰਦਾ ਨਹੀਂ ਤੁਹਾਨੂੰ ਆਈ ਡੀ ਪਰੂਫ ਨਹੀਂ ਦਿੰਦਾ? ਇੱਦਾਂ ਤਾਂ ਕੱਲ੍ਹ ਨੂੰ ਕੋਈ ਤੁਹਾਨੂੰ ਵੀ ਮਾਰਕੁੱਟ ਤੁਹਾਡੀ ਵੀ ਹੋ ਸਕਦੀ ਹੈ। ਜਿਹੜਾ ਇੱਕ ਵਾਰੀ ਵੜ ਜਾਂਦਾ ਉਹ ਛੇਤੀ ਨਿਕਲਦਾ ਨਹੀਂ। ਅਤੇ ਫਿਰ ਭਾਅ ਜੀ ਉਹਨੂੰ ਅੰਦਰ ਵੜਨ ਤੋਂ ਪਹਿਲਾਂ ਹੀ ਉਹਦੇ ਆਈ ਡੀ ਪਰੂਫ ਪੂਰੇ ਲਓ, ਫਿਰ ਤੁਸੀਂ ਕਿਰਾਏ 'ਤੇ ਕਮਰਾ ਦਿੰਦੇ ਹੀ ਕਿਉਂ ਆ? ਆਈ ਡੀ ਪਰੂਫ ਲਿਖਾਇਆ ਨਾ, ਪਰੂਫ ਪੂਰੇ ਨਹੀਂ, ਜਿੰਨੇ ਪਰੂਫ ਚਾਹੀਦੇ ਉਹਨੇ ਪੂਰੇ ਕਰਾਂਗੇ ਤਾਂ ਹੀ ਦੇ। ਫਿਰ ਸਵਾਲ ਤਾਂ ਭਾਅ ਜੀ ਉਹੀ ਹੈ, ਪ੍ਰਵਾਸੀ ਮਜ਼ਦੂਰ ਨੇ, ਆਪਾਂ ਉਹਨਾਂ ਨੂੰ ਕੋਈ ਜਾਣਦੇ ਨਹੀਂ ਆ, ਕੋਈ ਰਿਸ਼ਤੇਦਾਰੀ ਨਹੀਂ ਹੈ, ਉਹ ਉਨੇ ਦੂਰੋਂ ਆ ਕੇ ਮੁਲਕ ਦੇ ਵਿੱਚੋਂ ਇੱਥੇ ਰਹਿਣ ਆਉਂਦੇ ਆ, ਜਦੋਂ ਉਹ ਇੱਥੇ ਰਹਿਣ ਆ ਜਾਂਦੇ ਆ ਫਿਰ ਕੋਈ ਇਹੋ ਜਿਹੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ, ਅਤੇ ਫਿਰ ਕੀ ਤੁਸੀਂ ਪਰੂਫ ਲੈਣਾ ਕੋਈ ਜ਼ਰੂਰੀ ਨਹੀਂ ਸਮਝਦੇ ਵੀ ਜਿਹੜੇ ਪ੍ਰੋਪਰ ਉਹਨਾਂ ਦੇ ਆਈ ਡੀ ਪਰੂਫ ਲਏ ਜਾਣ? ਨਹੀਂ ਜ਼ਰੂਰੀ ਤਾਂ ਹੈ, ਜ਼ਰੂਰੀ ਤਾਂ ਹੁਣ ਲਵਾਂਗੇ। ਇਹੀ ਤਾਂ ਸਵਾਲ, ਤੁਸੀਂ ਕਿਉਂ ਨਹੀਂ ਲਏ ਫਿਰ? ਅਸੀਂ ਲੈ ਰਹੇ ਹਾਂ ਨਾ, ਸਾਡੇ ਕੋਲ ਪਰੂਫ ਰੱਖੇ ਆ। ਹੁਣ ਭਾਅ ਜੀ ਜਿਹੜੀ ਅੱਜ ਘਟਨਾ ਹੋਈ ਹੈ, ਇੱਕ ਸਿੱਖ ਨੌਜਵਾਨ ਦੇ ਉੱਤੇ ਕੁੱਟਮਾਰ ਕੀਤੀ ਗਈ ਆ, ਤੁਹਾਡਾ ਜਿਹੜਾ ਫਲੈਟ ਜਿਹੜਾ ਕਿਰਾਏ 'ਤੇ ਦਿੱਤਾ ਗਿਆ, ਕਾਗਜ਼ ਮੇਰੇ ਕੋਲ ਹੈਗੇ ਆ। ਕਿਹਦੇ ਕਾਗਜ਼ ਹੈਗੇ ਜੀ? ਜਿਹੜੇ ਲੜਾਈ ਹੋਈ ਆ ਕਾਗਜ਼ ਪੱਤਰ ਹੈਗੇ ਆ, ਹੋਰਾਂ ਕਮਰਿਆਂ ਦੇ ਜਿਹੜੇ ਕਿਰਾਏਦਾਰ ਹੈਗੇ ਉਹਨਾਂ ਨੇ ਪਰੂਫ ਦਿੱਤੇ ਹੋਏ ਆ। ਉਹਨਾਂ ਨੇ ਹਜੇ ਕਾਰਵਾਈ ਹੋ ਰਹੀ ਹੈ ਜੀ, ਉਹਨਾਂ ਨੇ ਆਏ ਨੇ ਜਿਹੜੇ ਮਾਲਕ ਹੈਗੇ ਨੇ ਉਹਨਾਂ ਤੋਂ ਆਈ ਡੀ ਪਰੂਫ ਮੰਗੇ ਨੇ। ਆਈ ਡੀ ਪਰੂਫ ਕਿਸੇ ਦੇ ਵੀ ਹੈ ਨਹੀਂ ਗਾ, ਕਿਸੇ ਦੇ ਹੈਗੇ ਕਿਸੇ ਦੇ ਨਹੀਂ ਹੈਗੇ। ਤੁਹਾਡੇ ਵੱਲੋਂ ਸਰ ਹੁਣ ਜਿਹੜੇ ਕੀ ਮੰਗ ਕੀਤੀ ਜਾ ਰਹੀ ਹੈ? ਮੇਰੀ ਮੰਗ ਇਹੀ ਹੈਗੀ ਹੈ ਜੀ, ਜਿਹੜਾ ਸਾਡਾ ਜਿਹੜੇ ਬੰਦੇ ਨੂੰ ਮਾਰਿਆ ਸੀਗਾ ਉਹ ਬੰਦਾ ਪੇਸ਼ ਕਰ ਦਿਓ, ਸਾਨੂੰ ਹੋਰ ਕੁਛ ਨਹੀਂ ਚਾਹੀਦਾ। ਮੈਂ ਆਪਣੇ ਮੇਰਾ ਵਰਕਰ ਤਾਂ ਮੈਂ ਆਈ ਡੀ ਪਰੂਫ ਦਿੱਤਾ ਵਾ, ਇਹਨੇ ਦਿੱਤਾ, ਇਹਨਾਂ ਨੇ ਅੱਗੇ ਥਾਣੇ ਨਹੀਂ ਜਮ੍ਹਾਂ ਕਰਾਇਆ, ਅਤੇ ਇਹਨਾਂ ਦੀ ਗਲਤੀ ਆ ਨਾ ਜੀ, ਅਸੀਂ ਤਾਂ ਆਪਣਾ ਆਈ ਡੀ ਪਰੂਫ ਦਿੱਤਾ ਵਾ, ਇਹਨੇ ਆਧਾਰ ਕਾਰਡ ਦੀ ਫੋਟੋ ਦਿੱਤੀ ਹੈ ਆਪਣੀ। ਇਸ ਤਰ੍ਹਾਂ ਜੀ, ਸਾਡੇ ਜਵਾਈ ਹੈ ਉਹਨਾਂ ਦਾ ਅਤੇ ਆਪਣਾ ਢਾਬਾ ਹੈ, ਉਹਨਾਂ ਕੋਲ ਵਰਕਰ ਕੰਮ ਕਰਦਾ, ਉਹਦੀ ਜਨਾਨੀ ਪ੍ਰੈਗਨੈਂਟ ਆ, ਉਹਨੂੰ ਇਹਨਾਂ ਮੁੰਡਿਆਂ ਨੇ ਅੰਦਰ ਜਿਹੜੇ ਭਈਏ ਅੰਦਰ ਰਹਿੰਦੇ ਆ ਇਹਨਾਂ ਮਿਲ ਕੇ ਕੁੱਟਿਆ। ਉਹ ਸਰਾਜ ਜੀ ਸਾਡੇ ਅਤੇ ਨਾਲ ਆਪਣੇ ਬੰਦੇ ਨੂੰ ਨਾਲ ਲੈ ਕੇ ਆਏ ਉਹਨਾਂ ਨਾਲ ਗੱਲਬਾਤ ਕਰਨ ਵਾਸਤੇ, ਇਹਨਾਂ ਮੁੰਡਿਆਂ ਨੇ ਸਾਰਿਆਂ ਨੇ ਮਿਲ ਕੇ ਨਾਲੇ ਉਹਨਾਂ ਨੂੰ ਕੁੱਟਿਆ, ਨਾਲੇ ਪੱਗ ਪੁੱਗ ਲਾ ਲਈ ਉਹਨਾਂ ਦੀ, ਪੱਗ ਲਾ ਕੇ ਚੰਗੀ ਤਰ੍ਹਾਂ ਸਾਰਿਆਂ 20-25 ਬੰਦਿਆਂ ਨੇ ਮਿਲ ਕੇ ਘੇਰ ਕੇ ਕੁੱਟਿਆ, ਮੁੜ ਕੇ ਪੱਗ ਰੱਖ ਲਈ ਇੱਥੇ ਅਤੇ ਡਾਂਗਾਂ ਲੈ ਕੇ ਖੜ੍ਹੇ ਹੋਏ ਸੀ, ਕਹਿੰਦੇ ਜੀ ਜਿੰਦੇ 'ਚ ਹਿੰਮਤ ਆਇਆ ਆ ਕੇ ਪੱਗ ਚੁਕਾ ਕੇ ਲੈ ਜਾਵੇ। ਹੁਣ ਜਦੋਂ ਅਸੀਂ ਲੋਕ ਇਕੱਠੇ ਹੋ ਕੇ ਆਏ ਹਾਂ, ਹੁਣ ਕਹਿੰਦੇ ਜੀ ਬੰਦੇ ਹੈ ਨਹੀਂ ਜੀ, ਉਹ ਭੱਜ ਗਏ ਹੈ, ਮਕਾਨ ਮਾਲਕ ਕੋਲ ਕਿਸੇ ਕਿਸਮ ਦਾ ਕੋਈ ਡਾਕੂਮੈਂਟ ਨਹੀਂ, ਇੱਕ ਇੱਕ ਕਮਰੇ 10-10 ਜਾਣੇ ਹੈ, ਇਹਨੇ ਕਮ ਸੇ ਕਮ ਇਸ ਵਿਹੜੇ ਦੇ ਵਿੱਚ 150 ਬੰਦਾ ਇਕੱਠਾ ਕੀਤਾ ਹੋਇਆ, ਇੱਕ ਬੰਦੇ ਦਾ ਉਹਦੇ ਕੋਲ ਰਿਕਾਰਡ ਨਹੀਂ ਗਾ। ਸੰਤਾਂ ਨਹੀਂ ਸਮਝ ਆਉਂਦਾ ਪ੍ਰਸ਼ਾਸਨ ਸੁੱਤਾ ਕਿੱਥੇ ਹੋਇਆ, ਜਾਂ ਕਾਨੂੰਨ ਬਣਿਆ ਹੋਇਆ ਕਿ ਉਹਨਾਂ ਨੇ ਦੇਣੇ ਆ ਡਾਕੂਮੈਂਟਸ ਦੇਣੇ ਆ, ਅਤੇ ਕੀ ਗੱਲ ਇਹਨਾਂ ਵਿਹੜਿਆਂ ਨੂੰ ਦੇਖਣ ਵਾਲਾ ਕੋਈ ਨਹੀਂ ਗਾ। ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਜਿਹੜੀ ਪੱਗ ਲਾਈ ਗਈ ਸੀ, ਕੀ ਉਹ ਪ੍ਰਵਾਸੀ ਮਜ਼ਦੂਰਾਂ ਵੱਲੋਂ ਲਾਈ ਗਈ ਸੀ ਅਤੇ ਉਹਨਾਂ ਵੱਲੋਂ ਗੱਲ? ਉਹ ਪ੍ਰਵਾਸੀ ਮਜ਼ਦੂਰ ਜਿਹਨਾਂ ਨੂੰ ਅਸੀਂ ਭਈਏ ਕਹਿ ਰਹੇ ਹਾਂ, ਇਹ ਉਹੀ ਨੇ ਸਾਰੇ ਅੰਦਰ, ਤੁਸੀਂ ਜਾ ਕੇ ਦੇਖੋ, ਇਹ ਸਾਰੇ ਉਹੀ ਨੇ। ਔਰ ਗੁੰਡਾਗਰਦੀ ਇੰਨੀ ਵੱਧ ਗਈ ਹੈ, 20 ਬੰਦਿਆਂ ਨੇ ਮਿਲ ਕੇ ਕੁੱਟਿਆ, ਔਰ ਵਿੱਚੋਂ ਇੱਕ ਦੋ ਬੰਦੇ ਕਹਿ ਰਹੇ ਜੀ ਇੱਕ ਇੱਕ ਪੰਚ ਹਮੇ ਵੀ ਮਾਰਨੇ ਦਿਓ। ਹੁਣ ਇੱਥੇ ਲੱਭਦੇ ਨਹੀਂ ਪਏ ਕਿੱਥੇ ਨੇ, ਕਿਹੜੇ ਪੰਚ ਮਾਰਨ ਵਾਲੇ, ਕੋਈ ਦਾਨ ਤਾਂ ਸਹੀ ਸਾਡੇ ਸਾਹਮਣੇ, ਅਸੀਂ ਵੀ ਤਾਂ ਦੇਖੀਏ, ਲਾਣਾ ਤਾਂ ਸਾਡੇ ਲੀਡਰਾਂ ਦੇ ਉੱਤੇ ਅਤੇ ਸਾਰਿਆਂ ਦੇ ਉੱਤੇ ਜਿਹੜੇ ਇਹਨਾਂ ਗਧੇ ਇਕੱਠੇ ਕੀਤੇ ਹੋਏ ਆ, ਕੋਈ ਇਹਨਾਂ ਨੂੰ ਪੁੱਛਣ ਵਾਲਾ ਨਹੀਂ, ਆਪਣੀਆਂ ਵੋਟਾਂ ਪਿੱਛੇ ਗੰਦ ਪਾਇਆ ਹੋਇਆ ਪੰਜਾਬ ਦੇ ਵਿੱਚ, ਸਰਦਾਰਾਂ ਦੀਆਂ ਪੱਗਾਂ ਲੈਣ ਲੱਗ ਪਈਆਂ, ਹੁਣ ਤਾਂ ਸ਼ਰਮ ਕਰਨ ਜਾਗ ਜਾਣ ਕਿਤੇ। ਇਹ ਜੇ ਮਾਮਲੇ ਦੀ ਗੱਲ ਕਰੀਏ ਤਾਂ ਕਦੋਂ ਦਾ ਜਿਹੜਾ ਮਾਮਲਾ ਇਹ, ਕਿੰਨੇ ਵਜੇ ਹੋਇਆ ਸੀ? 8:30 ਦਾ ਨੇੜੇ ਤੇੜੇ ਦਾ ਮਾਮਲਾ ਜੀ, ਘਰੋਂ ਦੀ ਜਨਾਨੀ ਦਾ ਫੋਨ ਆਇਆ ਕਿ ਮੈਨੂੰ ਮਾਰਿਆ ਇਹਨਾਂ ਨੇ ਕੁੱਟਿਆ, ਉਹ ਸਮਝਾਉਣ ਵਾਸਤੇ ਬੰਦਿਆਂ ਨੂੰ ਪੁੱਛਣ ਆਏ, ਇਹਨਾਂ ਮਿਲ ਕੇ ਘੇਰ ਕੇ ਉਹਨਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਅਤੇ ਭਾਅ ਜੀ ਹੁਣ ਇੱਥੇ ਪੰਜਾਬ ਪੁਲਿਸ ਵੀ ਜਿਹੜੀ ਪਹੁੰਚੀ ਹੈ, ਅਤੇ ਕੀ ਉਹਨਾਂ ਵੱਲੋਂ ਕਿਹਾ ਗਿਆ? ਉਹ ਲੱਗੇ ਹੋਏ ਜੀ, ਉਹ ਆਪਣੀ ਕਾਰਵਾਈ ਕਰਦੇ ਪਏ ਆ, ਹੁਣ ਉਹਨਾਂ ਨੇ ਥਾਣੇ ਕਿਹਾ, ਅਸੀਂ ਥਾਣੇ ਜਾ ਰਹੇ ਹਾਂ, ਉੱਥੇ ਦੱਸਣ ਵਾਸਤੇ ਮਾਮਲਾ ਲਿਖਾਵਾਂਗੇ, ਜਿਵੇਂ ਕਹਿਣਗੇ ਉਸ ਹਿਸਾਬ ਨਾਲ ਦੇਖਦੇ ਹਾਂ ਫਿਰ ਕੀ ਕਰਦੇ। ਸਰ ਜਿਹੜਾ ਇਹ ਮਾਮਲਾ ਹੋਇਆ, ਕੀ ਹੈ ਪੂਰਾ ਮਾਮਲਾ ਜੀ? ਮਾਮਲਾ ਇਹ ਹੋਇਆ ਵੀ ਆਪਣੇ ਜਨਾਨੀ ਸੀ ਅੰਦਰ, ਬੱਚੇ ਸੀ, ਉਹ ਕੁੱਟਮਾਰ ਕਰਕੇ ਭੱਜ ਗਿਆ, ਮੌਕੇ ਅਸੀਂ ਪਹੁੰਚ ਗਏ ਹਾਂ, ਪੂਰੀ ਵਾਈਫਾਈ ਕਰ ਰਹੇ ਹਾਂ, ਬੰਦਾ ਹੱਥ ਆ ਗਿਆ, ਜੋ ਕਾਨੂੰਨੀ ਕਾਰਵਾਈ ਕਰਨਗੇ ਆਪਣੀ ਕਰਾਂਗੇ। ਸਰ ਇਹਨਾਂ ਬੰਦਿਆਂ ਵੱਲੋਂ ਜਿਹੜਾ ਕਿਹਾ ਜਾ ਰਿਹਾ ਕਿ 20-25 ਬੰਦਿਆਂ ਵੱਲੋਂ ਇੱਕ ਬੰਦਾ ਕੁੱਟਿਆ ਗਿਆ, ਇਹ ਸਾਡੇ ਪਹਿਲੇ ਗੱਲ ਹੋ ਗਈ ਜੀ ਸਾਡੀ, ਅਤੇ ਸਾਡੇ ਪਹਿਲੇ ਗੱਲ ਜੋ ਗੱਲ ਹੋਈ ਸਾਡੇ ਪਹਿਲੇ ਹੋਈ, ਜੇ ਅਸੀਂ ਮੌਕੇ ਪਹੁੰਚੇ ਕੋਈ ਗੱਲਬਾਤ ਨਹੀਂ ਹੋਈ, ਇੱਥੇ ਬੰਦਾ ਭੱਜ ਗਿਆ, ਬੰਦੇ ਨੂੰ ਫੜਾਂਗੇ, ਪੂਰੀ ਕੋਸ਼ਿਸ਼ ਕਰ ਰਹੇ ਹਾਂ ਬੰਦੇ ਨੂੰ ਫੜਨ ਦੀ, ਬੰਦਾ ਫੜੇ ਉਹ ਕਾਨੂੰਨੀ ਕਾਰਵਾਈ ਕਰਕੇ ਉਹਦੇ ਕਾਰਵਾਈ ਕਰਾਂਗੇ। ਨਹੀਂ ਫਿਰ ਇਹ ਤਾਂ ਤੁਸੀਂ ਕਹਿ ਰਹੇ ਹੋ ਬੰਦਾ ਭੱਜ ਗਿਆ, ਇਹ ਕਹਿ ਰਹੇ ਵੀ 20-25 ਬੰਦੇ ਸੀ ਫਿਰ ਸਾਰੇ ਭੱਜ ਗਏ, ਹੁਣ ਇੱਦਾਂ ਕੀ ਪਤਾ ਲੱਗਦਾ ਬੰਦੇ ਕਿਹਦੇ ਕਿਹਨਾਂ ਨੇ ਕੀਤੀ ਵਾਰਦਾਤ? ਜਿਹੜੇ ਬੰਦੇ ਸਰਦਾਰ ਜੀ ਆ ਉਹਨਾਂ ਨੂੰ ਅਸੀਂ ਦੇਖਿਆ, ਦੱਸਿਆ ਉਹਨਾਂ ਨੂੰ ਕਿ ਦੱਸੋ ਕਿਹੜੇ ਕਿਹੜੇ ਬੰਦੇ ਆ, ਅਤੇ ਅਸੀਂ ਫੜੀਏ ਉਹਨਾਂ ਨੂੰ, ਅਤੇ ਇਹਨਾਂ ਨੂੰ ਕੋਈ ਪਤਾ ਨਹੀਂ ਕਿਹੜੇ ਕਿਹੜੇ ਬੰਦੇ ਆ, ਮਕਾਨ ਮਾਲਕ